ਕਵੇ ਖੁੱਲਣੀ ਉਹ ਜੀ ਬਣਾ ਹਾਂ ਵੀਰੇ ਜਿਹੋ ਜਿਹੀ ਬੰਦਾ ਕਹੂਗਾ ਆਪਾਂ ਉਦਾਂ ਦੀ ਤਿਆਰ ਕਰ ਦਾਂਗੇ ਖੁੱਲੀ ਫਿਰ ਹਾਲ ਆਪਣੇ ਕੋਲੇ ਤਿਆਰ ਹੁੰਦੀਆਂ ਨੇ 4 ਫੁੱਟੀ 6 ਫੁੱਟੀ 8 ਫੁੱਟੀ 10 ਫੁੱਟੀ ਬਾਕੀ ਆਰਡਰ ਤੇ ਬਣਵਾਉਣੀ ਅਗਲੇ ਨੇ ਜਿੰਨੀ ਮਰਜ਼ੀ ਲੰਬੀ ਬਣਵਾ ਲਵੇ ਜਿੰਨੀ ਮਰਜ਼ੀ ਤੇ ਗਾਰੰਟੀ ਗਰੂੰਟੀ ਕੀ ਹੁੰਦੀ ਹੈ ਗਾਰੰਟੀ ਵੀਰੇ ਫੁੱਲ ਆ ਗਾਰੰਟੀ ਵੈਲਡਿੰਗ ਟੁੱਟਣ ਦੀ ਆਪਣੀ ਗਾਰੰਟੀ ਅਗਲੇ ਦੇ ਘਰੇ ਜਾ ਕੇ ਵੈਲਡਿੰਗ ਕਰਾਂਗੇ ਜਿੱਥੇ ਕੋ ਉੱਥੇ ਜਿੱਥੇ ਤੱਕ ਖੁੱਲੀ ਹੋਊ ਉੱਥੇ ਵੈਲਡਿੰਗ ਕਰਾਵਾਂਗੇ ਜਾ ਕੇ ਠੀਕ ਹੈ ਗਾਲਣ ਦੀ ਵੀਰੇ ਕੋਈ ਗਾਰੰਟੀ ਨਹੀਂ ਗਾਲਣ ਅਗਲਾ ਨੂਨ ਰੱਖ ਦਿੰਦਾ ਵਿੱਚ ਕਈ ਵਾਰੀ ਬਾਈ ਸੌਲੀ ਬੱਕਰੀਆਂ ਦੀ ਮੰਡੀ ਤੇ ਖੜਿਆ ਤੇ ਇੱਥੇ ਆਇਆ ਆਪਣਾ ਕੰਮਾ ਬਾਈ ਖੋਣੀਆਂ ਲੈ ਕੇ ਹਨਾ ਕੀ ਹਾਲ ਆ ਕਮੇ ਬਾਈ ਠੀਕ ਹੈ ਜੀ ਠੀਕ ਠਾਕ ਹੋ ਹਾਂ ਤੇ ਵਧੀਆ ਕਿਵੇਂ ਚੱਲਦਾ ਕੰਮ ਬਹੁਤ ਵਧੀਆ ਵੀਰੇ ਸ਼ੁਕਰ ਆ ਮਾਲਕ ਦਾ ਠੀਕ ਹੈ ਕਿੰਨੀਆਂ ਖੋਣੀਆਂ ਲੈ ਕੇ ਆਇਆ ਫਿਰ ਅੱਜ ਖੋਣੀਆਂ ਲੈ ਕੇ ਆਇਆ ਮੈਂ ਅੱਜ ਵੀਰੇ ਮੈਨੂੰ ਲੱਗਦਾ ਹੋਣਗੀਆਂ 15-18 ਖੋਣੀਆਂ 15 ਖੋਣੀਆਂ ਵੇਚਤੀਆਂ 15 ਚੋਂ ਹਾਂ ਵੀਰੇ 3-4-5 ਕੁ ਪੀਸ ਰਹਿੰਦੇ ਨੇ ਠੀਕ ਹੈ ਤੇ ਕਿੱਥੇ ਕਿੱਥੇ ਜਾਂਦੀਆਂ ਬਾਈ ਆਪਣੀਆਂ ਖੋਣੀਆਂ ਜਾਂਦੀਆਂ ਨੇ ਵੀਰੇ ਆਪਣੀਆਂ ਇੱਕ ਸੌਲੀ ਮੰਡੀ ਹੋ ਗਈ ਇੱਕ ਮੁੱਲਾਪੁਰ ਮੰਡੀ ਹੋ ਗਈ ਇੱਕ ਲੌਂਗੋਵਾਲ ਮੰਡੀ ਹੋ ਗਈ ਇੱਕ ਧਨੌਲਾ ਮੰਡੀ ਹਾਂ ਚਾਰੇ ਮੰਡੀਆਂ ਦੇ ਪੱਕਾ ਜਾਂਦੇ ਚਾਰਾਂ ਮੰਡੀ ਠੀਕ ਹੈ ਤੇ ਊਂ ਕਿੱਥੇ ਕਿੱਥੇ ਤੱਕ ਭੇਜਦੇ ਊਂ ਵੀਰੇ ਮੰਨ ਲਾ ਜਿੱਥੇ ਦਾ ਕੋਈ ਆਰਡਰ ਕਰਦਾ ਗਾ ਬੰਦਾ ਜਿਵੇਂ ਹੁਣ 7-8 ਖੋਲੀਆਂ ਨੇ ਫਿਰ ਉਹ ਜਿਸ ਹਿਸਾਬ ਨਾਲ ਛੱਡੇ ਜਾਂਦੇ ਨੇ ਉਸ ਹਿਸਾਬ ਨਾਲ ਕਿਰਾਇਆ ਜਿਹਾ ਲੈ ਲਈਦਾ ਨਹੀਂ ਬਾਕੀ ਜਿਵੇਂ ਕੋਈ ਬਾਹਰੋਂ ਆਉਂਦਾ ਦੂਰ ਫਿਰ ਯਾਰ ਉਨੇ ਦੀ ਤਾਂ ਖੁੱਲੀ ਨਹੀਂ ਹੁੰਦੀ ਉਨਾ ਕਿਰਾਇਆ ਪੈ ਜਾਂਦਾ ਹੁੰਦਾ ਸਹੀ ਹੈ ਫਿਰ ਉਸ ਕਰਕੇ ਜਿਵੇਂ ਹੁਣ ਮੰਡੀ ਦੇ ਕੰਟੈਕਟ ਹੋ ਜਾਂਦਾ ਬੰਦੇ ਦਾ ਜਿਵੇਂ ਨਾਲ ਦਾ ਦੂਰ ਪਾਸੇ ਬੰਦਾ ਆਇਆ ਹੋਇਆ ਜਿਵੇਂ 1-2 ਵਪਾਰੀ ਤੈਨੂੰ ਪਤਾ ਮੰਡੀ ਦੇ ਇੱਥੇ ਆਏ ਹੁੰਦੇ ਨੇ 5-4 ਵਪਾਰੀ ਉਹਦੇ ਲਾਗੇ ਜਿਵੇਂ ਕੋਈ 5-4 ਕਿਲੋਮੀਟਰ ਦੇ ਪਿੰਡ ਹੋਵੇ ਫਿਰ ਉਹ ਜਿਸ ਹਿਸਾਬ ਨਾਲ ਭੇਜ ਦਿੰਦੇ ਹੁੰਦੇ ਭੇਜ ਦਿੰਦੇ ਹਾਂ ਅਗਲੇ ਨੂੰ ਖਰਚਾ ਬੰਦਾ ਦੇ ਦੇਵੇ ਠੀਕ ਹੈ ਔਰ ਜਿਹੋ ਜਿਹੀ ਬੰਦਾ ਕਵੇ ਖੁੱਲਣੀ ਉਹ ਜੀ ਬਣਾ ਹਾਂ ਵੀਰੇ ਜਿਹੋ ਜਿਹੀ ਬੰਦਾ ਕਹੂਗਾ ਆਪਾਂ ਉਦਾਂ ਦੀ ਤਿਆਰ ਕਰ ਦਾਂਗੇ ਖੁੱਲੀ ਫਿਰ ਹਾਲ ਆਪਣੇ ਕੋਲੇ ਤਿਆਰ ਹੁੰਦੀਆਂ ਨੇ 4 ਫੁੱਟੀ 6 ਫੁੱਟੀ 8 ਫੁੱਟੀ 10 ਫੁੱਟੀ ਬਾਕੀ ਆਰਡਰ ਤੇ ਬਣਵਾਉਣੀ ਅਗਲੇ ਨੇ ਜਿੰਨੀ ਮਰਜ਼ੀ ਲੰਬੀ ਬਣਵਾ ਲਵੇ ਜਿੰਨੀ ਮਰਜ਼ੀ ਲੰਬੀ ਹਾਂ 16 ਫੁੱਟੀ 18 ਫੁੱਟੀ 14 ਫੁੱਟੀ ਜਾਨੀ ਕਿ ਸਾਰੇ ਸਾਈਜ਼ ਨੇ ਤੇ ਗਾਰੰਟੀ ਗਰੂੰਟੀ ਕੀ ਹੁੰਦੀ ਹੈ ਗਾਰੰਟੀ ਵੀਰੇ ਫੁੱਲ ਆ ਬਣੀ ਗਾਰੰਟੀ ਵੈਲਡਿੰਗ ਟੁੱਟਣ ਦੀ ਆਪਣੀ ਗਾਰੰਟੀ ਅਗਲੇ ਦੇ ਘਰੇ ਜਾ ਕੇ ਵੈਲਡਿੰਗ ਕਰਾਂਗੇ ਜਿੱਥੇ ਕੋ ਉੱਥੇ ਜਿੱਥੇ ਤੱਕ ਖੁੱਲੀ ਹੋਊ ਉੱਥੇ ਵੈਲਡਿੰਗ ਕਰਾਵਾਂਗੇ ਜਾ ਕੇ ਠੀਕ ਹੈ ਗਾਲਣ ਦੀ ਵੀਰੇ ਕੋਈ ਗਾਰੰਟੀ ਨਹੀਂ ਆ ਕਿੰਨੇ ਅਗਲਾ ਨੂਨ ਰੱਖ ਦਿੰਦਾ ਵਿੱਚ ਕਈ ਵਾਰੀ ਹਾਂ ਆ ਕਿੰਨੇ ਫੁੱਟ ਦੀਆਂ ਵਾ 6 ਫੁੱਟ ਦੀ ਆ ਵੀਰੇ ਆ 6 ਫੁੱਟ ਦੀ ਆ ਹਾਂ ਦੇਖ ਸਕਦੇ ਹਾਂ ਤੇ ਕਿੰਨੇ ਕੁ ਵਜਨਦੀ ਹੁੰਦੀ ਆ ਐਸਟੀਮੇਟ ਬਾਈ ਹੋਊਗੀ ਇਹ ਵੀਰੇ 28 ਦੇ ਕਰੀਬ ਹੋਊ 28 ਕਿਲੋ ਦੀ 27-28 ਕਿਲੋ ਦੀ ਠੀਕ ਹੈ ਕਿੰਨਾ ਟਾਈਮ ਲੱਗ ਜਾਂਦਾ ਕੰਮੇ ਬਣਾਉਣ ਨੂੰ ਇਹਨੂੰ ਟਾਈਮ ਤਾਂ ਵੀਰੇ ਲੱਗਦਾ ਹੀ ਆ ਕੋਈ ਵੀ ਚੀਜ਼ ਆ ਮਿਹਨਤ ਤਾਂ ਆਉਂਦੀ ਹੈ ਹੁਣ ਦੇਖ ਲੈ ਬੁਣਨੀ ਕਰਨੀ ਹਨਾ ਤੇ ਇਹਦਾ ਤਕਨੀਕ ਨਾਲ ਬਣਾਉਣੀ ਆਪਾਂ ਕਿਹੜਾ ਫਾਹਾ ਵੱਢ ਕਰਨਾ 6 ਫੁੱਟੀ ਦਾ ਕੀ ਰੇਟ ਆ ਇਹ 3000 ਰੁਪਏ ਦੀ 3000 ਦੀ ਆ ਆ ਵੀ 6 ਫੁੱਟੀ ਆ ਇਧਰਲੀ ਹਾਂ ਇਹ ਵੀ 6 ਫੁੱਟੀ ਆ ਠੀਕ ਆ ਤੇ ਉਹ 8 ਫੁੱਟੀ ਪਈ ਆ ਆ 8 ਫੁੱਟੀ ਹਾਂ ਇਹ ਆਪਣੇ ਕੋਲ 8 ਫੁੱਟੀ ਪਈ ਆ ਤੇ ਆਪਣੇ 8 ਫੁੱਟੀ ਪਈ ਆ ਇਹ 3500 ਰੁਪਏ ਦੀ ਆ 8 ਫੁੱਟੀ 3500 ਹਾਂ ਟਾਇਰ ਲਵਾਉਣੇ ਨੇ ਇਹਦਾ 400 ਰੁਪਏ ਟਾਇਰਾਂ ਦਾ ਹਰੇਕ ਖੋਲੀ ਦਾ ਅੱਡ ਤੋਂ ਲੱਗੂਗਾ ਆਹ 10 ਫੁੱਟੀ ਆ ਇਹ 10 ਫੁੱਟੀ ਆ ਟਾਇਰਾਂ ਵਾਲੀ ਇਹ 4500 ਦੀ 4500 ਦੀ 10 ਫੁੱਟੀ ਹਾਂਜੀ ਇਹ ਬਿਨਾ ਟਾਇਰਾਂ ਤੋਂ ਪਈ ਆ 4000 ਰੁਪਏ ਦੀ ਆ 10 ਫੁੱਟੀ ਠੀਕ ਆ ਹਾਂ ਚੱਕ ਕੇ ਦੇਖੋ ਸਾਰੀਆਂ ਫੁੱਲ ਹੈਵੀ ਨੇ ਇਹ ਵੀ ਹੌਲਾ ਮਾਲਾ ਦੇਖ ਚੱਕ ਕੇ ਫੁੱਲ ਹੈਵੀ ਦੇ ਵਿੱਚ ਆ ਬਾਈ ਆਪਣੇ ਕੋਲ ਵੀ ਘੱਟ 10-12 ਸਾਲ ਤੋਂ ਇਹਨਾਂ ਦੀ ਹੌਣੀਆਂ ਚੱਲਦੀਆਂ ਹਨਾ ਹਾਂਜੀ ਤੇ ਕੀ ਕੀ ਇਹਨਾਂ ਦਾ ਮਤਲਬ ਸਾਵਧਾਨੀਆਂ ਰੱਖਣੀਆਂ ਪੈਣਗੀਆਂ ਸਾਵਧਾਨੀਆਂ ਵੀਰੇ ਇਹਦੇ ਵਿੱਚ ਇੱਕ ਤਾਂ ਨੂਨ ਨਾ ਰੱਖੋ ਠੀਕ ਆ ਇੱਕ ਜਿਵੇਂ ਆਪਾਂ ਗਿੱਲਾ ਚਾਰ ਚੂਰ ਰੱਖ ਦਿੰਨੇ ਆ ਜਾਂ ਗਿੱਲਾ ਦਾਣਾ ਰੱਖ ਦਿੰਨੇ ਆ ਠੀਕ ਆ ਦਾਣਾ ਹੁੰਦਾ ਨਾ ਜਿਹੜਾ ਇਹ ਤੇਜ਼ਾਬ ਹੀ ਹੁੰਦਾ ਇੱਕ ਤਰ੍ਹਾਂ ਦਾ ਬਿਲਕੁਲ ਇਹ ਖਾ ਲੈਂਦਾ ਵੀਰੇ ਖੋਲੀ ਨੂੰ ਇਹ ਕਹਿੰਦਾ ਬਸ ਇਹ ਰਿਕੁਐਸਟ ਆਈ ਬੰਦਾ 6 ਮਹੀਨੇ ਬਾਅਦ ਇਹਨੂੰ ਰੰਗ ਜ਼ਰੂਰ ਕਰ ਦੇਵੇ ਰੰਗ ਕਰ ਸਾਰੀ ਖੋਲੀ ਨੂੰ ਠੀਕ ਹੈ ਚਾਹੇ ਉਹ ਖਾਣ ਪੀਣ ਦੀ ਕੋਈ ਦਿੱਕਤ ਤਾਂ ਨਹੀਂ ਆਉਂਦੀ ਪੂਰੀ ਖਾਲੀ ਪੂਰੀ ਬੰਦੀ ਦੀ ਕੋਈ ਦਿੱਕਤ ਨਹੀਂ ਆਉਂਦੀ ਵੀਰੇ ਅੱਜ ਤੱਕ ਕਿਸੇ ਨੇ ਲਾਂਭਾ ਨਹੀਂ ਦਿੱਤਾ 17 ਸਾਲ ਹੋ ਗਏ ਆਪਾਂ ਨੂੰ ਕੰਮ ਕਰਦੇ ਨੂੰ ਜਾਂ ਜਾਨਵਰ ਵਿੱਚ ਵੜਦੇ ਨਾ ਵੀਰੇ ਕੋਈ ਜਰਾ ਹੁੰਦਾ 1-2 ਜਾਨਵਰ ਸਰਾਰਤੀ ਜੇ ਹੁੰਦੇ ਨੇ ਕੰਧਾਂ ਤੇ ਚੜ ਜਾਂਦੀਆਂ ਨੇ ਬੱਕਰੀਆਂ ਤਾਂ ਕੋਠਿਆਂ ਤੇ ਚੜ ਜਾਂਦੀਆਂ ਨੇ ਖੋਲੀ ਤੇ ਕਿੱਡੀ ਚੀਜ਼ ਬੱਚਿਆਂ ਲਈ ਨਹੀਂ ਸਪੈਸ਼ਲ ਬਣਾ ਹਾਂ ਬੱਚਿਆਂ ਵਾਸਤੇ ਹੁੰਦੀ ਆ ਵੀਰੇ ਉਹ ਛੋਟੀ ਹੁੰਦੀ ਆ ਬੱਚਿਆਂ ਲਈ ਇਸ ਟਾਈਮ ਹੈ ਨਹੀਂ ਦਿਖਾਉਂਦੇ ਨਹੀਂ ਤੁਹਾਨੂੰ ਵਿਕ ਗਈਆਂ ਹੈਗੀਆਂ ਜ਼ਰੂਰਤੀ ਲੈ ਕੇ ਆਏ ਤੇ ਹੁਣ ਸਾਰੇ ਵਿਕ ਗਈਆਂ ਤੇ ਉਹਦੇ ਕਰਕੇ ਬੱਚਿਆਂ ਲਈ ਵੀ ਬਣਾਉਣੇ ਠੀਕ ਹੈ ਯਾਨੀ ਬੰਦਾ ਕਨੈਕਟ ਕਰ ਲਵੇ ਪੰਜਾਬ ਵੀ ਦਵਾਂਗੇ ਹਾਂ ਵੀਰੇ ਪਛਵਾ ਵੀ ਦਵਾਂਗੇ ਬਾਕੀ ਔਰ ਜਹ ਜੀ ਕਵੇ ਹੋ ਹਾਂ ਜੀ ਉਹ ਜੀ ਠੀਕ ਹੈ ਇੱਕ ਪਿੱਛੇ ਜੀ ਆਪਾਂ ਬਣਾਈ ਵੀ ਸੀ ਨਾ ਪੂਰੀ ਚੋੜੀ ਹਾਂ ਹਾਂ ਸਪੈਸ਼ਲ ਤਿਆਰ ਕਰੀ ਸੀ ਹਾਂ ਦੇਖ ਸਕਦੇ ਹੋ ਬਾਈ ਤੁਸੀਂ ਕਰ ਲਿਓ ਬਾਈ ਨਾਲ ਕੰਟੈਕਟ ਹਨਾ ਤੇ ਬੜਾ ਵਧੀਆ ਕੰਮ ਆ ਖੋਣੀਆਂ ਦਾ ਟੌਪ ਦੀਆਂ ਖੋਣੀਆਂ ਬਾਈ ਤੇ ਮਨਿਆਦ ਵੀ ਵਧੀਆ ਹਨਾ ਠੀਕ ਹੈ ਬਾਈ ਕੰਮੇ ਠੀਕ ਹੈ ਵੀਰੇ ਠੀਕ ਹੈ ਬਾਈ ਓਕੇ